them. हां जी किदा की हाल चाल सारे दा सत श्री अकाल सारे नू दोबारा व्लॉग लैके असीं हाजिर हो गए हैं। थोड़ा जा टाइम लग गया सी इस व्लॉग नू आण च क्योंकि थोड़े कम्मां कारां च असीं बिजी हो गए सीगे, पर असीं हुण वापस आ चुके हैं ते दोबारा व्लॉग कंटिन्यू हो जाएंगे दोबारा उसी स्पीड दे नाल। ते अज है संडे, एक बार फिर संडे आ चुका, फिर संडे लास्ट 3 दिन तो संडे में व्लॉग्स हो रहे हैं ते इस बार फिर संडे आ गया। ते हुण असीं फिर असीं जाण लगे कितना कितने घूमण फिरन लई, देखते हैं कितने जाने हैं, प्रोग्राम की बनता है, कितने बन रहा है, की होने लग गया है, कुछ ही देर तक सारे पता चल जाएगा। मैनू भी हजे कुछ अंदाजा ही है, कुछ पक्का कन्फर्म नहीं है कितने की होने लगा है, क्योंकि मैं जो भी कुछ जानना थले जाके पता चलता है कुछ होर ही हो रहा है। तो हूँ की होने लगे, चलते हैं थले पता करते हैं कि प्रोग्राम है अद्धा कितने जानता, तो कर की रहे हैं सारी जनता, मामा की कर रहे हैं, फतेह की कर रहे हैं, फतेह उठा कि नहीं उठा, किन्ने बज गए, बज गए ने 5:30, उठ जाना चाहिए हूँ तक। त्योहार फ्लिपकार्ट एमाजोन से सिर्फ इन्होंने ही डिस्काउंट देने ने, इंस्टेंट डिस्काउंट लवेंगे तो फिर इन्होंने कैंसल करा देंगे बाद। ਦਿਮਾਗ ਹੈ ਭਾਈ, ਦਿਮਾਗ ਹੈ ਆਪਣੇ ਕੋਲ। ਸਤਿ ਸ਼੍ਰੀ ਅਕਾਲ, ਢਿੱਲੇ ਜੇ ਪਏ ਹੋ, ਕੀ ਗੱਲ? ਕਾਈ ਨਹੀਂ, ਐਸਾ ਯਾਰ ਤੁਹਾਡੇ ਨਾਲ ਕਥਾ ਸੁਣਨੀ ਕਿਹੜਾ ਸੁਣ। ਅੱਛਾ ਅੱਛਾ, ਸੌਰੀ ਸੌਰੀ ਸੌਰੀ, ਇੱਥੇ ਚੱਲ ਜਾਈਏ ਕਥਾ। ਮੰਮਾ ਥੋੜ੍ਹਾ ਬਿਜ਼ੀ ਹੋਏ ਤਾਂ ਮੈਨੂੰ ਲੱਗਦਾ ਲੀਨ ਹੋ ਚੁੱਕੇ, ਥੋੜ੍ਹੇ ਐਨਰਜੀ ਉਹ ਨਹੀਂ ਆ ਪਾਈ, ਢਿੱਲੇ 'ਚ ਪੈ ਗਏ, ਕੋਈ ਨਾ ਭਰਦੇ ਐਨਰਜੀ। ਅਤੇ ਇੱਥੇ ਤਾਂ ਗਾਣੇ ਗੁਣੇ ਚੱਲ ਰਹੇ ਨੇ, ਲੈ ਦੱਸੋ ਭਾਬੀ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ? ਵਧੀਆ, ਕੀ ਚੱਲ ਰਿਹਾ? ਬਸ ਸੋ ਕੇ ਉੱਠਿਆ, ਚਾਹ ਪੀਤੀ ਹੈ, ਹੁਣ ਸੋਚ ਰਿਹਾ ਕਿ ਕਿੱਥੋਂ ਘੁੰਮ ਫਿਰ ਕੇ ਆਈਏ। ਮਾਡਲ ਟਾਊਨ ਦੇ ਵਿੱਚ ਨਵਾਂ ਮੋਲ ਖੁੱਲਿਆ। ਫਤਿਹ ਸਿੰਘ ਤਾਂ ਗਿਆ ਹੋਇਆ ਆਪਣੇ ਦਾਦੇ ਨਾਲ ਘੁੰਮਣ ਲਈ, ਅਤੇ ਮੈਂ ਥੋੜ੍ਹਾ ਜਿਹਾ ਪਰੌਂਠੀ ਖਾਣ ਦੀ ਸੋਚ ਰਿਹਾ ਸੀਗਾ, ਪਰੌਂਠੀ ਖਾ ਲੈਣਾ, ਕਿਉਂਕਿ ਦੁਪਹਿਰੇ ਮੈਂ ਅਜੇ ਖਾਈ ਨਹੀਂ ਪਰੌਂਠੀ, ਕਿਉਂਕਿ ਉਦੋਂ ਪੇਟ ਭਰ ਕੇ ਸਵੇਰੇ ਪੁੜੀਆਂ ਖਾਈਆਂ ਸੀ, ਅੱਜ ਸੰਡੇ ਫਿਰ ਪੁੜੀਆਂ ਬਣ ਗਿਆ ਪ੍ਰੋਗਰਾਮ, ਅਤੇ ਉਹ ਥੋੜ੍ਹਾ ਜਿਹਾ ਹੈਵੀ ਹੋ ਗਿਆ ਸੀ ਪ੍ਰੋਗਰਾਮ, ਪਰ ਹੁਣ ਭੁੱਖ ਲੱਗ ਰਹੀ ਹੈ, ਖਾ ਲੈਂਦੇ ਕੁਛ ਗਰਮ ਕਰਕੇ। ਕਿੰਨਾ ਟਾਈਮ ਲੱਗੇਗਾ? ਅਸੀਂ ਜਾਣਾ ਸੀਗਾ ਸਾਰਿਆਂ ਨੇ ਘੁੰਮਣ ਫਿਰਨ, ਆ ਜਾਓ, ਆ ਰਹੇ ਹਾਂ ਉਹ ਦੋਨੋਂ ਜਾਣੇ ਵੀ। ਵੀਰੇ, ਸੁਣਨ 'ਚ ਆਇਆ ਤੁਸੀਂ ਕੋਈ ਨਵੀਂ ਘੜੀ ਲਈ ਹੈ? ਹਾਂਜੀ, ਇਹ ਮੰਗਾਈ ਹੈ। ਕਿਹੜੀ ਘੜੀ ਹੈ ਭਾਅ ਜੀ? ਪਰਸੋਂ ਆਈ ਹੈ ਇਹ, ਨੋਇਸ ਫਿਟ ਕੈਲੀਬਰ ਹੈ। ਨੋਇਸ ਫਿਟ ਕੈਲੀਬਰ, 15 ਡੇਜ਼ ਬੈਟਰੀ ਬੈਕਅਪ, ਐਂਡਰਾਇਡ ਦੇ ਵਿੱਚ ਕਾਫੀ ਅੱਛੀ ਇਹਦੀ ਰਿਵਿਊਜ਼ ਹੈ ਐਂਡਰਾਇਡ ਦੇ ਵਿੱਚ। ਅੱਛਾ ਜੀ, ਅਤੇ 15 ਡੇਜ਼ ਦਾ ਬੈਕਅਪ ਮਿਲਦਾ, ਹੋਰ ਜੀ ਕੀ ਹੈਗਾ ਭਾਅ ਜੀ, ਕੀ ਪਤਾ ਕਰਦੀ ਹੈ? ਔਰ ਇਹਦੇ ਵਿੱਚ BP ਸੈਂਸਰ ਵੀ ਹੈ, ਆਕਸੀਜਨ ਸੈਂਸਰ ਵੀ ਹੈ, ਅਤੇ ਟੈਂਪਰੇਚਰ ਸੈਂਸਰ ਵੀ ਹੈ, ਬੋਡੀ ਟੈਂਪਰੇਚਰ ਪਤਾ ਲੱਗ ਜਾਂਦਾ ਹੈ ਜੀ, ਈਜ਼ੀ ਟੂ ਵੇਅਰ, ਅਤੇ ਸਟ੍ਰੈਪ ਕੁਆਲਿਟੀ ਬੜੀ ਅੱਛੀ ਹੈ। ਫੇਸ ਵਾਸ ਦਿਖਾਓ, ਫੇਸ ਵਾਸ ਕੋਈ? ਮੈਨੇ ਆਪਣੇ ਲਾਇਆ ਹੈ ਨਾ, ਆਪਣੇ ਬੇਟੇ ਦੀ ਫੋਟੋ ਲਗਾਈ ਹੋਈ ਹੈ। ਓਕੇ, ਵਧੀਆ ਭਾਅ ਜੀ, ਬਹੁਤ ਸੋਹਣਾ ਲੱਗ ਰਿਹਾ। ਥੈਂਕ ਯੂ, ਜੇ ਕਿਸੇ ਨੇ ਲੈਣੀ ਹੋਵੇ ਤਾਂ ਤੁਸੀਂ ਇਹ ਲੈ ਸਕਦੇ ਹੋ, ਇਹ ਹਾਈਲੀ ਰਿਕਮੈਂਡ ਹੈ, ਕਾਫੀ ਅੱਛਾ ਵਾਚ ਹੈ। ਪਰ ਬੈਸਟ ਵਾਚ ਤਾਂ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਦੇਵਾਂ, ਇੱਕੋ ਹੀ ਬੈਸਟ ਵਾਚ ਹੈ, ਇਸ ਦੀ ਕੋਈ ਰੀਸ ਨਹੀਂ, ਐਪਲ ਐਪਲ ਹੀ ਹੁੰਦਾ ਹੈ। ਓ ਫਤਿਹ, ਤੂੰ ਆ ਗਿਆ ਘੁੰਮੇ ਘੁੰਮੇ ਕਰਕੇ, ਫਤਿਹ ਤੂੰ ਘੁੰਮੇ ਘੁੰਮੇ ਕਰ ਆਇਆ, ਹੋਰ ਘੁੰਮੇ ਘੁੰਮੇ ਜਾਏਂਗੇ ਹਮ ਸਭ ਲੋਕ। ਓ ਬਹਿਣ ਬਾਸ, ਇੰਨੇ ਜਵਾਨੇ ਹੋ ਗਏ ਹੱਥ ਬੰਦੇ ਦੇ।
ਮਮਾ ਜੀ ਤੁਸੀਂ ਤਿਆਰ ਹੋ ਗਏ ਚਲੋ ਸੋਹਣੇ ਲੱਗ ਰਹੇ ਮਮਾ ਚੁੰਨੀ ਬੜੀ ਸੋਹਣੀ ਲੱਗ ਰਹੀ ਹੈ ਜੀ ਜੀ ਸ਼ੋਪਿੰਗ ਹੋ ਗਈ ਹੁਣ ਫਾਲਤੂ ਦੀਆਂ ਚੀਜ਼ਾਂ ਵੀ ਲੈ ਲਈਆਂ ਕੁਛ ਕੰਮ ਦੀਆਂ ਚੀਜ਼ਾਂ ਵੀ ਲੈ ਲਈਆਂ ਮੰਮਾ ਕੈਸਾ ਰਿਹਾ ਐਕਸਪੀਰੀਅੰਸ ਇੱਕ ਵਾਰ ਵਿਜ਼ਿਟ ਕਰਨ ਵਾਲੀ ਚੀਜ਼ ਹੈ ਮਤਲਬ ਕਿ ਸਾਡੇ ਲਈ ਤਾਂ ਫਾਇਦਾ ਕਿਉਂਕਿ ਅਸੀਂ ਇੱਥੇ ਸਾਡੇ ਨੇੜੇ ਹੀ ਹਾਂ ਸਾਡੇ ਲਈ ਨੇੜੇ ਹੋ ਗਿਆ ਨਾ ਵੈਸੇ ਪਰ ਇਹ ਬੰਦਾ ਫਾਲਤੂ ਚੀਜ਼ਾਂ ਵੀ ਲੈ ਹੀ ਲੈਂਦਾ ਜਿਹੜੀ ਚੀਜ਼ਾਂ ਨਹੀਂ ਚਾਹੀਦੀਆਂ ਹੁੰਦੀਆਂ ਮਤਲਬ ਕਿ ਕਹਿੰਦੇ ਰਾਸ਼ਨ ਦੀ ਦੁਕਾਨ ਵੱਡੀ ਕਰਤੀ ਇਹਨਾਂ ਨੇ ਰਾਸ਼ਨ ਦੀ ਦੁਕਾਨ ਵੀ ਹੈ ਕੱਪੜਿਆਂ ਦੀ ਦੁਕਾਨ ਵੀ ਹੈ ਫਾਲਤੂ ਮਤਲਬ ਐਸੀ ਚੀਜ਼ ਨਹੀਂ ਇਹਨਾਂ ਦੇ ਹਿਸਾਬ ਨਾਲ ਨਹੀਂ ਲਈ ਪਰ ਸਾਡੇ ਹਿਸਾਬ ਨਾਲ ਫਾਲਤੂ ਇਹਨਾਂ ਹਿਸਾਬ ਨਾਲ ਨਹੀਂ ਹੈ ਲਓ ਜੀ ਘਰ ਪਹੁੰਚ ਗਏ ਅਸੀਂ ਕੁਛ ਸਮਾਨ ਵਧੀਆ ਲਿਆ ਕੁਛ ਸਮਾਨ ਐਵੇਂ ਹੀ ਲੈ ਲਿਆ ਪਰ ਸਮਾਨ ਅਸੀਂ ਜ਼ਰੂਰ ਲਿਆ ਇੱਕ ਵਾਰ ਵਿਜ਼ਿਟ ਕਰ ਸਕਦੇ ਤੁਸੀਂ ਕਿਉਂਕਿ ਵਧੀਆ ਚੀਜ਼ ਮਤਲਬ ਕਿ ਸਮਾਨ ਯਾਰ ਤੁਹਾਨੂੰ ਪਤਾ ਹੀ ਹੈ ਤੁਸੀਂ ਸਾਰੇ ਮੋਲਸ ਗਏ ਹੋ ਵੱਡੇ ਵੱਡੇ ਚੀਜ਼ਾਂ ਰੱਖੇ ਹੁੰਦੇ ਤਾਂ ਕਿ ਬੰਦਾ ਲੈ ਲਵੇ ਅਟਰੈਕਟਿਵ ਚੀਜ਼ਾਂ ਹੁੰਦੀਆਂ ਨੇ ਦੂਸਰੀ ਗੱਲ ਇੱਕ ਇਹਨਾਂ ਦੀ ਗਲਤ ਗੱਲ ਮੈਨੂੰ ਇਹ ਲੱਗੀ ਹੈ ਹਰ ਮੋਲ 'ਚ ਇਹੀ ਹੁੰਦਾ ਕਿ ਬਿਲਿੰਗ ਕਾਊਂਟਰ 'ਤੇ ਇੰਨੀ ਭੀੜ ਇੰਨਾ ਰਸ਼ ਬਿੱਲ ਕਰਾਂ 'ਚ ਇੰਨਾ ਟਾਈਮ ਲੱਗ ਜਾਂਦਾ ਨਾ ਯਾਰ ਛੋਟੀ ਜਿਹੀ ਚੀਜ਼ ਲੈਣੀ ਹੋਵੇ ਭਾਵੇਂ ਵੱਡੀ ਚੀਜ਼ ਲੈਣੀ ਹੋਵੇ ਇੰਨੀ ਦੇਰ ਖੜਨਾ ਪੈਂਦਾ ਲੋਕਾਂ ਕੋਲ ਟਾਈਮ ਕਿੱਥੇ ਹੁੰਦਾ ਹੁਣ ਇਹਨਾਂ ਨੇ ਇੱਕ ਨਾ ਕਾਰਡ ਵਾਲਾ ਸਿਸਟਮ ਮਤਲਬ ਕਿ ਕਾਰਡ ਵਾਲਾ ਕਾਊਂਟਰ ਅਲੱਗ ਬਣਾਇਆ ਪਿਆ ਅਤੇ ਕੈਸ਼ ਵਾਲਾ ਕਾਊਂਟਰ ਅਲੱਗ ਬਣਾਇਆ ਪਿਆ ਹੁਣ ਇਹਨਾਂ ਨੇ ਮੈਂਸ਼ਨ ਵੀ ਨਹੀਂ ਕਰ ਰੱਖਿਆ ਮੈਂਸ਼ਨ ਤਾਂ ਕਰੋ ਘੱਟੋ ਘੱਟ ਵੀ ਇੱਥੇ ਕਾਰਡ 'ਤੇ ਪੇਮੈਂਟ ਹੋਏਗੀ ਇੱਥੇ ਤੁਸੀਂ ਕੈਸ਼ ਪੇਮੈਂਟ ਹੋਏਗੀ ਹੁਣ ਇੱਕ ਬੰਦਾ ਕੈਸ਼ ਮੇਰੇ ਕੋਲ ਤਾਂ ਦੋਨੋਂ ਚੀਜ਼ਾਂ ਸੀਗੀਆਂ ਮੈਂ ਤਾਂ ਬਚ ਗਿਆ ਫਿਰ ਵੀ ਅਤੇ ਇੱਕ ਬੰਦਾ ਕੈਸ਼ ਵਾਲਾ ਸੀਗਾ ਅਤੇ ਉਹ ਸਾਡੇ ਨਾਲ ਮੈਂ ਕਾਰਡ ਵਾਲੇ ਲਾਈਨ 'ਚ ਖੜਾ ਸੀ ਅਤੇ ਉਹ ਵੀ ਨਾਲ ਆ ਕੇ ਖੜਾ ਉਹਨੂੰ ਕੀ ਪਤਾ ਜਦੋਂ ਉਹਦੀ ਵਾਰੀ ਆਈ ਉਹ ਕਹਿੰਦਾ ਇਹਦਾ ਕੈਸ਼ ਹੋਣਾ ਹੀ ਨਹੀਂ ਇੰਨਾ ਗੁੱਸਾ ਇੰਨੀ ਗਾਲਾਂ ਮਤਲਬ ਕੀ ਦੱਸਾਂ ਮੈਂ ਵੀ ਥੋੜ੍ਹਾ ਮੈਂਸ਼ਨ ਕਰੋ ਥੋੜ੍ਹੇ ਤਰੀਕੇ ਨਾਲ ਚੱਲੋ ਕਾਊਂਟਰ ਬਣਾਓ ਕੋਈ ਚੀਜ਼ਾਂ ਇੱਕ ਬੰਦਾ 5000 'ਚ ਸਮਾਨ ਲੈ ਕੇ ਗਿਆ
ਲੋਕੀ ਤਾਂ ਪਤਾ ਨਹੀਂ ਕਿੱਥੋਂ ਲੈ ਕੇ ਆਈਆਂ ਨੇ ਸਮਾਨ ਪੈਸੇ ਇਹ ਵੀ 5000 ਸਮਾਨ ਤੁਸੀਂ ਲੈ ਲਿਆ ਬਈ ਜੋ ਬੇਵਕੂ ਬਣਾਉਣਾ ਚਾਹੁੰਦੇ ਸੀ ਉਹ ਉਹਨਾਂ ਨੇ ਬਣਾ ਲਏ ਮੈਂ ਲਾਈਨ 'ਚ ਲੱਗਿਆ ਹੋਇਆ ਸਿਰਫ 1000 ਰੁਪਏ ਦਾ ਸਾਡਾ ਸਮਾਨ ਸੀਗਾ 5000 ਦਾ ਚਲੋ ਇਹ ਸੀ ਛੋਟਾ ਜਿਹਾ ਵਲੋਗ ਸੀ ਅੱਜ ਦਾ ਅਤੇ ਹੁਣ ਆਪਾਂ ਮਿਲਾਂਗੇ ਅਗਲੇ ਵਲੋਗ 'ਚ ਜਾਂ ਅਗਲਾ ਵਲੋਗ ਪਤਾ ਕੀ ਚੱਕਰ ਥੋੜ੍ਹਾ ਲੇਟ ਕਿਉਂ ਹੋ ਰਿਹਾ ਮੈਂ ਚਾਹੁੰਦਾ ਕੁਛ ਕੰਟੈਂਟ ਮਿਲੇ ਕੁਛ ਨਾ ਕੁਛ ਨਵਾਂ ਆਵੇ ਹੁਣ ਡੇਲੀ ਰੂਟੀਨ 'ਚ ਦਿਖਾ ਦਿਖਾ ਕੇ ਬੰਦਾ ਫਿਰ ਕਹਿੰਦਾ ਬੋਰ ਹੋ ਜਾਂਦਾ ਹੁਣ ਮੈਂ ਹੌਲੀ ਸ਼ੁਰੂ ਕਰਾਂਗਾ ਆਪਣੀ ਟਰੈਵਲਿੰਗ ਹੁਣ ਕਿੱਥੇ ਕਿੱਥੇ ਜਾਵਾਂਗਾ ਉਹ ਤੁਹਾਨੂੰ ਮੈਂ ਹੌਲੀ ਹੌਲੀ ਤੁਹਾਨੂੰ ਦਿਖਾਉਂਦਾ ਰਹਾਂਗਾ ਦੱਸਾਂ ਰਹਾਂਗਾ ਅਤੇ ਉਹਦੀ ਥੋੜ੍ਹੀ ਪਲੈਨਿੰਗ ਚੱਲ ਰਹੀ ਹੈ ਥੋੜ੍ਹਾ ਟਾਈਮ ਲੱਗ ਰਿਹਾ ਉਸਨੂੰ ਵੀ ਜਦੋਂ ਚੀਜ਼ ਕੰਪਲੀਟ ਹੋ ਜਾਏਗੀ ਫਿਰ ਆਪਾਂ ਤੁਹਾਡੇ ਨਾਲ ਸਾਰਿਆਂ ਨਾਲ ਟਰੈਵਲਿੰਗ ਵਲੋਗ ਸ਼ੁਰੂ ਕਰ ਲਾਂਗੇ ਕਦੀ ਇੱਥੇ ਜਾ ਲਾਂਗੇ ਕਦੀ ਉੱਥੇ ਜਾ ਲਾਂਗੇ ਕਦੀ ਦੁਬਈ ਜਾ ਲਾਂਗੇ ਸਿੰਗਾਪੁਰ ਜਾ ਲਾਂਗੇ ਕੁਛ ਵੀ ਹੋ ਸਕਦਾ ਮਿਲਾਂਗੇ ਅਗਲੇ ਵਲੋਗ 'ਚ ਲਾਈਕ ਸਬਸਕ੍ਰਾਈਬ ਸ਼ੇਅਰ ਕਰਨਾ ਮਤ ਭੁੱਲਣਾ ਬਾਏ ਗਾਇਸ ਉਹ ਦੇਖੋ ਦੇਖੋ ਪਤਾ ਨਹੀਂ ਚਿਕਨ ਕੀ ਅੱਛੀ ਗੱਲ ਚਿਕਨ ਨੂੰ ਕੈਸੇ ਟਕ ਟਕ ਮਾਰਦਾ ਟਕ 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 ਟੁਕੜੇ ਕਰ ਦਿੰਦਾ ਬਸ ਚਿਕਨ।